ਜਿਸ ਤਰੀਕੇ ਦੇ ਨਾਲ ਸਾਡੇ ਨੌਜਵਾਨ ਦਾ ਗੋਲੀ ਮਾਰ ਕੇ ਸ਼ਹੀਦ ਕੀਤਾ ਗਿਆ, ਇਸ ਤੋਂ ਵੀ ਗਾਹਾਂ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਏਰੀਏ ਦੇ ਵਿੱਚ ਆ ਕੇ, ਪੰਜਾਬ ਦੇ ਟੈਰੀਟਰੀ ਦੇ ਵਿੱਚ ਆ ਕੇ ਇੱਥੇ ਸਾਡੀ ਮਸ਼ੀਨਰੀ ਦੀ ਤੋੜ ਭੰਨ ਕੀਤੀ ਗਈ। ਔਰ ਇੱਧਰ ਵੀ ਗਾਹਾਂ ਜਦੋਂ ਕਿ ਆਗੂਆਂ ਨੇ ਐਲਾਨ ਕਰਤਾ ਕਿ ਭਾਈ ਅਸੀਂ ਪੀਸਫੁਲੀ ਅੱਗੇ ਅਸੀਂ ਜਾਵਾਂਗੇ, ਸਾਡਾ ਯੂਥ ਪਿੱਛੇ ਖੜ ਗਿਆ, ਆਗੂਆਂ ਨੇ ਅੱਗੇ ਵਧੇ ਤੇ ਫਿਰ ਵੀ ਸਾਡੀ ਪੀਸਫੁਲੀ ਉੱਧਰ ਨੂੰ ਮੂਵ ਕਰਨ ਦੇ ਬਾਵਜੂਦ ਵੀ ਉਹਨਾਂ ਨੇ ਸਾਡੇ ਤੇ ਅੱਥਰੂ ਗਾਇ ਛੱਡਿਆ। ਇਹਦਾ ਮਤਲਬ ਕੀ ਨਿਕਲਦਾ? ਇਹਦਾ ਮਤਲਬ ਇਹ ਨਿਕਲਦਾ ਕਿ ਸਰਕਾਰ ਦੀ ਕਰੂਰਤਾ ਇਸ ਗੱਲ ਦੇ ਵਿੱਚੋਂ ਨਜ਼ਰ ਆ ਰਹੀ। ਸੋ ਇਹ ਸਾਰੀ ਕਹਾਣੀ ਨੂੰ ਅੱਜ ਸਾਡਾ ਤਿੰਨ ਸ਼ਹੀਦ ਹੋ ਚੁੱਕੇ ਨੇ, ਇੱਕ ਦਾ ਦੋ ਦਿਨ ਪਹਿਲਾਂ, ਹਜੇ ਤਿੰਨ ਦਿਨ ਪਹਿਲਾਂ ਅਸੀਂ ਸੰਸਕਾਰ ਕਰਕੇ ਹਟੇ ਹਾਂ, ਇੱਕ ਵੀਰ ਦਾ ਸਾਡੇ ਦਾ ਅੱਜ ਸੰਸਕਾਰ ਹੋਣਾ, ਇੱਕ ਆ ਬੱਚੇ ਦੀ ਡੈੱਡ ਬੋਡੀ ਸਾਡੇ ਕੋਲ ਪਈ ਹੈ। ਸੋ ਇਹਨਾਂ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਅਸੀਂ ਪੰਜਾਬ ਗਵਰਨਮੈਂਟ ਨੂੰ ਇਹ ਕਹਾਂਗਾ, ਕੇਂਦਰ ਨਾਲ ਤਾਂ ਜਿਹੜੀ ਸਾਡੀ ਲੜਾਈ ਹੈ, ਹਰਿਆਣਾ ਗਵਰਨਮੈਂਟ ਨਾਲ ਜਿਹੜੀ ਸਾਡੀ ਲੜਾਈ ਹੈ, ਪੰਜਾਬ ਗਵਰਨਮੈਂਟ ਨੂੰ ਅਸੀਂ ਕਹਾਂਗੇ ਕਿ ਸਾਡਾ ਜਿਹੜੇ ਇਹ ਸ਼ਹੀਦ ਹੋਇਆ ਇਹਨੂੰ ਸ਼ਹੀਦ ਦਾ ਦਰਜਾ ਦੇਵੇ ਪੰਜਾਬ ਗਵਰਨਮੈਂਟ। ਇੱਕ ਜੋ ਸ਼ਹੀਦਾਂ ਨੂੰ ਮਾਣ ਸਨਮਾਨ ਬਣਦਾ ਹੈ ਉਹ ਦੇਵੇ ਪੰਜਾਬ ਗਵਰਨਮੈਂਟ। ਦੂਜੀ ਨਾਲ ਗੱਲ ਸਾਡੀ ਇਹ ਹੈ ਕਿ ਪੰਜਾਬ ਗਵਰਨਮੈਂਟ ਜੋ ਸਾਡੇ ਪੰਜਾਬ ਦੇ ਹੱਦਾਂ ਦੇ ਅੰਦਰ ਆ ਕੇ, ਇਕੱਲੇ ਬਿਆਨਾਂ ਨਾਲ ਗੱਲ ਨਹੀਂ ਸਰਵ ਕਿ ਅਸੀਂ ਕਹੀ ਜਾਈਏ ਜੀ ਅਸੀਂ ਬਿਆਨ ਦੇਤਾ, ਅਸੀਂ ਆਹ ਕਹਿਤਾ, ਅਸੀਂ ਆਹ ਕਹਿਤਾ, ਬਿਆਨ ਪੋਲੀਟੀਕਲੀ ਗੱਲਾਂ ਨਾਲ ਨਹੀਂ ਗੱਲ ਬਣਨੀ, ਅਮਲੀ ਰੂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਅਸੀਂ ਪਹਿਲਿਆਂ ਦਿਨਾਂ 'ਚ ਇਹਨਾਂ ਨੂੰ ਇੱਕ ਪੁਲਿਸ ਮੁਲਾਜ਼ਮ ਫੜਾਇਆ ਅਤੇ ਕਿਹਾ ਕਿ ਇਸ ਦੇ ਖਿਲਾਫ਼ ਕਾਰਵਾਈ ਕਰੋ, ਸਾਡੇ ਨੌਜਵਾਨਾਂ ਨੂੰ ਅੱਗੇ ਪ੍ਰਵੋਕ ਕਰ ਰਿਹਾ ਹੈ, ਅੱਗੇ ਭੜਕਾ ਰਿਹਾ ਹੈ, ਅੱਗੇ ਭੜਕਾਊ ਮਾਹੌਲ ਬਣਾ ਰਿਹਾ ਹੈ, ਉਹਦੇ 'ਤੇ ਅੱਜ ਤੀਕਰ ਕੁਛ ਨਹੀਂ ਹੋਇਆ। ਇਹ ਜ਼ਰੂਰ ਕਹਿਤਾ ਕਿ ਡੀ ਜੀ ਪੀ ਸਾਹਿਬ ਨੇ ਇਨਕੁਆਇਰੀ ਮਾਰਕ ਕਰਤੀ ਜੀ, ਆਈ ਡੀ ਆਪਣੇ ਡੀ ਆਈ ਜੀ ਦੀ ਡਿਊਟੀ ਲਾ ਦਿੱਤੀ, ਉਹਦੇ 'ਚ ਬਹੁਤ ਵੱਡੀਆਂ ਗੱਲਾਂ ਲੱਗਦੀਆਂ ਸੀ ਦੇਖਣ, ਲੇਕਿਨ ਅੱਜ ਤੱਕ ਕੁਛ ਨਹੀਂ ਹੋਇਆ। ਸਾਡੇ ਏਰੀਏ 'ਚ ਆ ਕੇ ਸਾਡੇ ਨੌਜਵਾਨ ਦਾ ਕਤਲ ਕਰਨਾ, ਸਾਡੇ ਏਰੀਏ 'ਚ ਆ ਕੇ ਸਾਡੀ ਖੜੀ ਮਸ਼ੀਨਰੀ ਨੂੰ ਭੰਨਣਾ ਤੋੜਨਾ, ਇਹ ਸਾਰੇ ਦਾ ਸਾਰਾ ਸਿੱਧੇ ਸਿੱਧਾ ਪੰਜਾਬੀ ਦੇ ਭਾਰਤ ਦੇ ਅੰਦਰ ਜਿਹੜੀਆਂ ਸੀਮਾਵਾਂ ਨੂੰ ਉਲੰਘਣਾ ਕਰਨ ਵਾਲਾ, ਕਾਨੂੰਨ ਦੀ ਉਲੰਘਣਾ ਕੀਤੀ ਗਈ ਹੈ, ਇਹਦੇ ਖਿਲਾਫ਼ ਪੰਜਾਬ ਗਵਰਨਮੈਂਟ ਮੁਕੱਦਮਾ ਦਰਜ ਕਰੇ ਉਹਨਾਂ ਦੇ ਖਿਲਾਫ਼, ਔਰ ਜੋ ਬਣਦੀ ਹੈ ਉਹ ਕਾਰਵਾਈ ਕਰੇ। ਇਹ ਸਾਡੀ ਪੰਜਾਬ ਗਵਰਨਮੈਂਟ ਤੋਂ ਮੰਗ ਹੈ। ਮੈਂ ਜਿੰਨੀ ਗੱਲ ਕਰਨੀ ਸੀ ਮੈਂ ਇੰਨੀ ਗੱਲ ਕੀਤੀ ਹੈ, ਮੇਰੇ ਨਾਲ ਸਾਥੀ ਨੇ ਭਨੇਰ ਸਾਹਿਬ, ਅਸੀਂ ਦੋ ਫੋਰਮ ਲੜਾਈ ਲੜ ਰਹੇ ਹਾਂ, ਮੈਂ ਜਿੰਨੀ ਗੱਲ ਦੱਸੀ ਉਹ ਦੱਸੀ ਹੈ, ਬਾਕੀ ਗੱਲ ਮਤਲਬ ਭਨੇਰ ਸਾਹਿਬ ਕਿਸਾਨ ਦਿੱਤੇ ਗਏ ਨੇ। ਮੈਂ ਪਹਿਲਾਂ ਹੀ ਪੀਸੀ ਦੇ ਵਿੱਚ ਦੱਸੀ ਹੈ ਗੱਲ ਕਿ ਪੰਜ ਕਿਸਾਨ ਪਿੱਛੇ ਬੈਠੇ ਟਰਾਲੀਆਂ 'ਚ ਬੈਠੇ, ਮੋਰਚਾ ਤਾਂ ਹਰਿਆਣੇ 'ਚ ਨਹੀਂ ਗਾ, ਟਰਾਲੀਆਂ 'ਚ ਬੈਠਿਆਂ ਨੂੰ ਚੱਕ ਕੇ ਲੈ ਕੇ ਗਏ ਨੇ, ਸੋ ਉੱਧਰ ਕੋਈ ਨਹੀਂ ਗਿਆ ਗਾ, ਸਾਰਿਆਂ ਨੂੰ ਇੱਧਰੋਂ ਮਤਲਬ ਜ਼ਬਰਦਸਤ ਧੰਨਵਾਦ। ਆ ਰਹੇ ਇਹਦੇ ਬਾਰੇ ਸੋਚਦੇ ਵਕੀਲਾਂ ਨੂੰ ਇੱਕ ਮਿੰਟ ਯਾਰ, ਵਕੀਲਾਂ ਨੂੰ ਬੁਲਾਇਆ ਹੋਇਆ। ਪੰਜਾਬ ਗਵਰਨਮੈਂਟ ਦਾ ਤੁਹਾਡਾ ਸਵਾਲ ਸੀਗਾ ਕਿ ਭੂਮਿਕਾ ਨੂੰ ਕਿਵੇਂ ਦੇਖਦੇ ਹੋ? ਦੇਖੋ, ਅਸੀਂ ਦੂਸਰੀ ਨਹੀਂ ਤੀਸਰੀ ਮੀਟਿੰਗ ਜਿੱਦੇ ਹੋਈ ਆ, ਅਸੀਂ ਤੁਹਾਡੇ ਮਾਧਿਅਮ ਤੋਂ ਸਾਡੇ ਮੁੱਖ ਮੰਤਰੀ ਜੀ ਨੂੰ ਇੱਕ ਅਪੀਲ ਕੀਤੀ ਸੀ ਕਿ ਇਸ ਮੀਟਿੰਗ ਦੇ ਵਿੱਚ ਕਿਰਪਾ ਕਰਕੇ ਸਾਡੇ ਮੁੱਖ ਮੰਤਰੀ ਜੀ ਖੁਦ ਆਉਣ, ਕਿਉਂਕਿ ਮਸਲੇ ਬੜੇ ਗੰਭੀਰ ਆ, ਉੱਧਰਲੇ ਪਾਸੋਂ ਜਿਹੋ ਜਿਹੇ ਹਥਿਆਰ ਚਲਾਏ ਜਾ ਰਹੇ, ਸਾਡੇ ਦੇ ਵਰਤੇ ਜਾ ਰਹੇ ਸੀ, ਬੜੇ ਖਤਰਨਾਕ ਅਤੇ ਅਣਮਨੁੱਖੀ ਹਥਿਆਰ ਵਰਤੇ ਜਾ ਰਹੇ ਸੀ। ਸਰਕਾਰ ਦਾ ਅਸੀਂ ਧਿਆਨ ਉਹਦੇ 'ਤੇ ਕੇਂਦਰਿਤ ਕਰਨਾ, ਪ੍ਰਧਾਨ ਮੰਤਰੀ ਦਾ ਸੋਰੀ
ਮੁੱਖ ਮੰਤਰੀ ਦੇ ਸਾਹਮਣੇ ਸਾਡੀ ਭਾਵਨਾ ਸੀਗਾ ਕਿ ਕੇਂਦਰ ਸਰਕਾਰ ਦੇ ਮੰਤਰੀਆਂ ਦੇ ਧਿਆਨ ਦੇ ਵਿੱਚ ਉਹ ਗੱਲ ਆਵੇ। ਅਸੀਂ ਰੱਖੀ ਆ ਉਹ ਸਾਰੀ ਗੱਲ, ਸਰਕਾਰ ਨੇ ਕਿਹਾ ਸਾਨੂੰ ਕਿ ਅਸੀਂ ਇਹਦੇ 'ਤੇ ਰੋਕ ਲਾਉਣੀ ਆ, ਇਹਨਾਂ ਨੇ ਕਿਹਾ, ਇਹ ਵੀ ਕਿਹਾ ਵੀ ਕਾਰਵਾਈ ਕਰਾਂਗੇ, ਲੇਕਿਨ ਹਜੇ ਤੱਕ ਕਾਰਵਾਈ ਕਰਨ ਦੀ ਬਜਾਏ ਸਿੱਧੀਆਂ ਗੋਲੀਆਂ ਚੱਲ ਰਹੀਆਂ। ਇਹਦੇ ਤੋਂ ਲੱਗ ਰਿਹਾ ਕਿ ਜੋ ਸਾਨੂੰ ਦਿਖ ਰਿਹਾ ਹੈ, ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇਗੀ, ਕਿਆ ਕਾਰਨ ਹੈ, ਸਾਨੂੰ ਕੀ ਕਿਹਾ ਜਾ ਰਿਹਾ ਅਤੇ ਅੰਦਰੋਂ ਕੀਤਾ ਕੀ ਜਾ ਰਿਹਾ। ਅੱਜ ਤੱਕ ਜਿਹੜਾ ਅਸੀਂ ਪਹਿਲੇ ਦਿਨ ਇੱਕ ਇਹਨਾਂ ਨੂੰ ਪੰਜਾਬ ਉਹਨਾਂ ਦੀ ਪੁਲਿਸ ਦਾ, ਹਰਿਆਣਾ ਪੁਲਿਸ ਦਾ ਮੁਲਾਜ਼ਮ ਫੜ ਕੇ ਦਿੱਤਾ ਹੈ, ਅੱਜ ਤੱਕ ਉਹਦੇ 'ਤੇ ਕੋਈ ਕਾਰਵਾਈ ਨਹੀਂ ਹੋਈ। ਇਹਦਾ ਮਤਲਬ ਇਹ ਨਿਕਲਦਾ ਹੈ ਕਿ ਫਿਰ ਕੀ ਪੰਜਾਬ ਸਰਕਾਰ ਆਪਣੀ ਸਥਿਤੀ ਸਪਸ਼ਟ ਕਰੇ, ਇਹ ਵੀ ਕਿਤੇ ਸਾਡੇ ਨਾਲ ਉਹੀ ਕੁਛ ਕਰਨ 'ਤੇ ਕਰਵਾਉਣ ਵਾਲਾ ਸ਼ਾਮਿਲ ਤਾਂ ਨਹੀਂ ਹੈ ਜੋ ਸਾਨੂੰ ਲੱਗ ਰਿਹਾ ਹੈ। ਸਾਨੂੰ ਇਹੀ ਸਪਸ਼ਟ ਹੋ ਰਿਹਾ ਕਿਉਂ ਕਿ ਦੇਖੋ, ਇੱਕ ਪਾਸੇ ਉਹਨਾਂ 'ਤੇ ਕਾਰਵਾਈ ਕਰਨਾ, ਅਸੀਂ ਮੰਗ ਰਹੇ ਹਾਂ ਕਿ ਸਾਡੇ ਏਰੀਏ ਦੇ ਵਿੱਚ ਆ ਕੇ ਉਹ ਸਾਡੇ 'ਤੇ ਗੋਲੀਆਂ ਚਲਾ ਰਹੇ ਨੇ, ਸਾਡੇ ਏਰੀਏ ਦੇ ਵਿੱਚ ਬੈਰੀਕੇਡਿੰਗ ਕਰੀ ਬੈਠੇ ਆ। ਸਰਕਾਰ ਦੀ ਜ਼ਿੰਮੇਵਾਰੀ ਬਣਦੀ ਸੀ ਉਹ 'ਤੇ ਤੁਰੰਤ ਐਕਸ਼ਨ ਲੈਂਦੀ, ਨਹੀਂ ਲਿਆ ਗਿਆ ਅੱਜ ਤਾਈਂ। ਅਗਰ ਉਦੋਂ ਦਾ ਐਕਸ਼ਨ ਲਿਆ ਹੁੰਦਾ, ਮੈਂ ਦਾਅਵੇ ਨਾਲ ਗੱਲ ਕਰਦਾ, ਨਾ ਸਾਡੇ ਟਰੈਕਟਰ ਫੁੱਟਣੇ ਸੀ, ਨਾ ਸਾਡੇ ਜਿਹੜੇ ਇਹ 5 ਵਿਅਕਤੀ ਮੋਰਚੇ ਦੇ ਵਿੱਚੋਂ ਆ ਕੇ ਚੱਕ ਕੇ ਲੈ ਕੇ ਗਏ ਨੇ, ਨਾ ਉਹ ਜਾਣੇ ਸੀ, ਨਾ ਸਾਡਾ ਇਹ ਨੌਜਵਾਨ ਸ਼ਹੀਦ ਹੋਣਾ ਸੀ। ਇਹ ਉਸ ਦਿਨ ਦੀ ਸਰਕਾਰ ਦੀ ਢਿੱਲ ਦਿਆ ਅਸੀਂ ਸਿੱਟਾ ਭੁਗਤ ਰਹੇ ਹਾਂ, ਔਰ ਇਹ ਸਰਕਾਰ ਨੂੰ ਜੀ ਚੇਤਾਵਨੀ ਦਿੰਦੇ ਹਾਂ ਕਿ ਇਹ ਬਹੁਤ ਹੀ। ਅਗਲੀ ਗੱਲ ਹੋਰ ਕਰਤੂਤ, ਦੇਖੋ ਜਿਵੇਂ ਗੱਲ ਅੰਧੇਰ ਸਾਹਿਬ ਨੇ ਦੱਸੀ ਹੈ ਕਿ ਪਿੰਡਾਂ ਦੇ ਵਿੱਚ ਆ ਜਾ ਕੇ ਲੋਕਾਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੋਰਚਾ ਤਾਂ ਖਿੰਡ ਜਾਣਾ ਹੈ, ਉਹ ਤਾਂ ਗ੍ਰਿਫਤਾਰ ਕਰ ਲੈਣੇ ਹੈ, ਕਰ ਲਏ ਸਰਕਾਰ ਨੇ ਗ੍ਰਿਫਤਾਰ ਕਰਨੇ ਆ, ਤਾਂ ਲੋਕਾਂ ਨੂੰ ਦਬਾਉਣਾ ਇੱਕ ਦਲੀ ਜਾਣਦਾਰੀ। ਇੱਕ ਗੱਲ ਪੰਜਾਬ ਸਰਕਾਰ ਅਕਸਰ ਜੇ ਪੁਲਿਸ ਰੋਕ ਰਹੀ ਹੈ ਜਾ ਕੇ, ਪੁਲਿਸ ਟਿੱਪਰ ਲਾ ਕੇ ਸਾਡੇ ਪ੍ਰਸ਼ਾਦੇ ਲੰਗਰ ਦੀ ਵਿਵਸਥਾ ਜੋ ਹੋ ਰਹੀ ਹੈ ਉਹਨੂੰ ਰੋਕ ਰਹੀ ਹੈ।